ਸਤਿ ਸ਼੍ਰੀ ਅਕਾਲ ਜੀ ਕੈਨੇਡਾ ਸਟੂਡੈਂਟ ਵੀਜ਼ਾ ਲਈ ਬਹੁਤ ਵੱਡੀ ਅਪਡੇਟ ਉਹਨਾਂ ਸਟੂਡੈਂਟਸ ਲਈ ਜਿਹੜੇ ਆਲਰੇਡੀ ਸਟੂਡੈਂਟ ਵੀਜ਼ਾ ਰਿਫਿਊਜ਼ ਕਰਾ ਚੁੱਕੇ ਨੇ ਮੈਡੀਕਲ ਹੋ ਚੁੱਕਾ ਬਾਇਓਮੈਟ੍ਰਿਕ ਹੋ ਚੁੱਕਾ ਇੱਕ ਰੀਸੈਂਟ ਅਪਡੇਟ ਕੈਨੇਡੀਅਨ ICCRC ਵੱਲੋਂ ਦਿੱਤੀ ਗਈ ਜਿਹੜੀ ਅਪਡੇਟ ਦੇ ਵਿੱਚ ਇਹ ਲਿਖਿਆ ਗਿਆ ਕਿ 15 ਮਈ ਤੱਕ ਜੇ ਫਾਈਲ ਲੌਜ ਹੋ ਜਾਂਦੀ ਹੈ 15 ਮਈ ਤੱਕ ਤੁਸੀਂ ਸਾਰੇ ਡਾਕੂਮੈਂਟਸ ਦੇ ਨਾਲ ਜੇ ਆਪਣੀ ਫਾਈਲ ਐਮਬੈਸੀ ਦੇ ਵਿੱਚ ਲੌਜ ਕਰਦੇ ਹੋ ਤੇ ਇਮੀਗ੍ਰੇਸ਼ਨ ਵੱਲੋਂ ਇੱਕ ਕਮਿਟਮੈਂਟ ਹੈ ਕਿ ਤੁਹਾਡਾ ਅਗਸਤ 6 ਤੱਕ ਰਿਜ਼ਲਟ ਮਿਲੂਗਾ ਵੀਜ਼ਾ ਗ੍ਰਾਂਟ ਹੋਏਗਾ ਜਾਂ ਰਿਫਿਊਜ਼ ਹੋਏਗਾ ਡਿਫਰੈਂਟ ਇਸ਼ੂ ਹੈ ਬਟ ਰਿਜ਼ਲਟ ਮਿਲ ਜੂਗਾ ਕਿਉਂਕਿ ਉਹਨਾਂ ਦੇ ਕਹਿਣ ਮੁਤਾਬਕ ਅੱਗੇ ਦੀ ਉਸ ਤੋਂ ਬਾਅਦ ਦੀ ਜਿਹੜੀਆਂ ਫਾਈਲਾਂ ਲੌਜ ਹੋਣਗੀਆਂ ਉਹਦੇ ਵਿੱਚ ਪ੍ਰੋਸੈਸਿੰਗ 'ਚ ਡਿਲੇ ਹੋ ਸਕਦੇ ਆ ਕਿਉਂਕਿ ਕੋਵਿਡ ਕਰਕੇ ਘੱਟ ਸਟਾਫ ਨਾਲ ਕੰਮ ਕੀਤਾ ਜਾ ਰਿਹਾ ਸੋ ਅੱਜ ਦੀ ਜੇ ਗੱਲ ਕਰ ਲਾਂ 15 ਤਰੀਕ ਨੂੰ ਹਾਰਡਲੀ ਇੱਕ ਹਫ਼ਤਾ ਬਚਿਆ ਔਰ ਸਟੂਡੈਂਟ ਨੂੰ ਲੱਗਦਾ ਕਿ ਪੋਸੀਬਲ ਹੀ ਨਹੀਂ ਹੈਗਾ ਕਿ ਮੇਰੀ ਫਾਈਲ 15 ਤਰੀਕ ਤੱਕ ਅੰਬੈਸੀ 'ਚ ਲੌਜ ਹੋ ਜਾਏ ਸੋ ਉਹ ਸਾਰੇ ਸਟੂਡੈਂਟਸ ਜਿਹਨਾਂ ਦਾ ਮੈਡੀਕਲ ਹੋ ਚੁੱਕਾ ਬਾਇਓਮੈਟ੍ਰਿਕਸ ਹੋ ਚੁੱਕੀ ਹੈ ਔਰ ਇੱਕ ਵਾਰੀ ਵੀਜ਼ਾ ਰਿਫਿਊਜ਼ ਹੈ ਜਾਂ ਵੀਜ਼ਾ ਫਾਈਲ ਅੰਬੈਸੀ ਦੇ ਵਿੱਚ ਕੈਨੇਡਾ ਦੇ ਉਹਨਾਂ ਕਾਲਜਸ ਦੇ ਵਿੱਚ ਲੌਜ ਹੋ ਕੇ ਪਈ ਹੈ ਜਿਨ੍ਹਾਂ ਕਾਲਜਸ ਦਾ ਰਿਜ਼ਲਟ ਨਾ ਆ ਰਿਹਾ ਔਰ ਨਾ ਹੀ ਆਉਣ ਦੀ ਕੋਈ ਸੰਭਾਵਨਾ ਹੈ ਉਹਨਾਂ ਸਾਰਿਆਂ ਸਟੂਡੈਂਟਸ ਦੀ ਫਾਈਲ 15 ਤਰੀਕ ਤੋਂ ਪਹਿਲਾਂ ਐਮਬੈਸੀ ਦੇ ਵਿੱਚ ਪਹੁੰਚਾਉਣ ਦਾ ਕੰਮ ਕਰੂਗੀ ਓਮ ਗਲੋਬਲ ਦੀ ਟੀਮ ਤੁਹਾਡੇ ਕੋਲ ਡਾਕੂਮੈਂਟ ਪੂਰੇ ਨੇ ਮੈਡੀਕਲ ਬਾਇਓਮੈਟ੍ਰਿਕਸ ਆਪਣੀ 10ਵੀਂ 12ਵੀਂ ਆਇਲਸ ਪਾਸਪੋਰਟ ਸਾਰਾ ਕੁਝ ਸਾਨੂੰ ਵਟਸਐਪ ਕਰ ਦਿਓ ਈਮੇਲ ਕਰ ਦਿਓ 13 ਤਰੀਕ ਤੱਕ ਜਿਹੜੀ ਵੀ ਫਾਈਲ ਕੰਪਲੀਟਲੀ ਸਾਨੂੰ ਪਹੁੰਚ ਜੂਗੀ ਉਹ ਫਾਈਲ 15 ਤਰੀਕ ਤੋਂ ਪਹਿਲਾਂ ਐਮਬੈਸੀ ਦੇ ਵਿੱਚ ਲੌਜ ਹੋਊਗੀ ਤੁਹਾਡਾ GC ਕੀ ਤੁਹਾਡਾ ਲੌਜਮੈਂਟ ਨੰਬਰ ਤੁਹਾਡੇ ਹੱਥ ਦੇ ਵਿੱਚ ਕੈਨੇਡਾ 'ਚ 15 ਤਰੀਕ ਚੜ੍ਹਨ ਤੋਂ ਪਹਿਲਾਂ ਹੋਏਗਾ ਸੋ ਇਹ ਮੌਕਾ ਨਾ ਗਵਾਇਓ ਕਿਉਂਕਿ ਇਹਦੇ ਵਿੱਚ ਐਮਬੈਸੀ ਵੱਲੋਂ ਇੱਕ ਕਮਿਟਮੈਂਟ ਹੈਗੀ ਹੈ ICCRC ਵੱਲੋਂ ਇੱਕ ਕਮਿਟਮੈਂਟ ਹੈਗੀ ਹੈ ਕਿ 6 ਅਗਸਤ ਤੱਕ ਰਿਜ਼ਲਟ ਤੁਹਾਡੇ ਕੋਲ ਹੋਊਗਾ ਸ਼ੁਕਰੀਆ ਜੀ ਧੰਨਵਾਦ